ਤੋਂ ਪਹਿਲਾਂ ਆਡੀਟੋਰੀਅਮ ਮੌਜੂਦ ਸਾਰੇ ਹੀ ਮੇਰੇ ਵੀਰ ਭੈਣ ਤੇ ਇੱਥੋਂ ਦੇ ਪ੍ਰਬੰਧਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 550 ਸਾਲ ਦੇ ਉੱਤੇ ਪਹੁੰਚੀਆਂ ਸਾਰੀਆਂ ਸੰਗਤਾਂ ਦੇ ਵਿੱਚ ਅਸੀਂ ਵੀ ਮੌਜੂਦ ਸੀ। ਜਦੋਂ ਪਿਛਲੇ ਸਾਲ ਅਸੀਂ ਕੋਸ਼ਿਸ਼ ਕੀਤੀ ਪਰ ਸਾਡਾ ਵੀਜ਼ਾ ਨਹੀਂ ਲੱਗ ਸਕਿਆ, ਅਤੇ ਇਸ ਵਾਰ ਸੁਪਰੀਮ ਸਿੰਘ ਸੁਸਾਇਟੀ ਦੇ ਸੱਦੇ ਦੇ ਉੱਤੇ ਜਦੋਂ ਇੱਕ ਮੀਟਿੰਗ ਪਾਕਿਸਤਾਨ ਹਾਈ ਕਮਿਸ਼ਨ ਦੇ ਨਾਲ ਕੀਤੀ ਗਈ, ਅਤੇ ਉਸ ਤੋਂ ਬਾਅਦ ਜਿਹੜੇ ਖੁੱਲ੍ਹੇ ਦਿੱਲੀ ਦੇ ਨਾਲ ਜਿਹੜੇ ਪਾਕਿਸਤਾਨ ਹਾਈ ਕਮਿਸ਼ਨ ਵਲਿੰਗਟਨ ਦੇ ਵਿੱਚ ਬੈਠੇ ਸੀ, ਉਹਨਾਂ ਨੇ ਜਿਹੜੇ ਵੀਜ਼ੇ ਆ ਨਿਊਜ਼ੀਲੈਂਡ ਦੀ ਸੰਗਤ ਨੂੰ ਦਿੱਤੇ, ਅਤੇ ਲਗਭਗ 100 ਦੇ ਕਰੀਬ ਜਿਹੜੀ ਸੰਗਤ ਆ ਵੱਖ ਵੱਖ ਜਥਿਆਂ ਦੇ ਰੂਪ ਦੇ ਵਿੱਚ ਇੱਥੇ ਪਹੁੰਚੀ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੱਗੇ 550 ਸਾਲ ਦੇ ਉੱਤੇ ਜਦੋਂ ਅਸੀਂ ਇੱਥੇ ਪਹੁੰਚੇ, ਜਿਹੜੀ ਇੱਜ਼ਤ, ਜਿਹੜਾ ਮਾਣ, ਜਿਹੜਾ ਪਿਆਰ ਪਾਕਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਵੱਲੋਂ ਦਿੱਤਾ ਗਿਆ, ਉਹ ਕਾਬਲੇ ਤਾਰੀਫ ਆ। ਇੱਕ ਤਾੜੀ ਉਸ ਦੇ ਨਾਮ ਪਾਉਂਦੀ ਹੈ। ਭਾਰਤ ਦੀ ਧਰਤੀ ਦੇ ਉੱਤੇ ਜਾਂ ਜਦੋਂ ਆਪਾਂ ਨਿਊਜ਼ੀਲੈਂਡ, ਆਸਟ੍ਰੇਲੀਆ ਕਿਤੇ ਵੀ ਰਹਿੰਦੇ ਹਾਂ ਤਾਂ ਇੱਕ ਸਰਕਾਰਾਂ ਦਾ ਪ੍ਰੋਪੇਗੰਡਾ ਰਹਿੰਦਾ ਆ। ਪਾਕਿਸਤਾਨ ਜਾਓਗੇ ਤਾਂ ਜਿਹੜੇ ਤੁਹਾਡੇ ਵੀਜ਼ੇ ਆ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਇੱਥੋਂ ਤੱਕ ਕਿ ਮੇਰੇ ਘਰ ਦੇ ਵੀ ਕਹਿੰਦੇ ਆ ਕਿ ਵੀਜ਼ਾ ਨਹੀਂ ਲੱਗਣਾ, ਇੱਕ ਵਾਰੀ ਵੀਜ਼ਾ ਲਵਾ ਲਈਏ ਤਾਂ ਬਾਅਦ ਦੇ ਵਿੱਚ ਆਪਾਂ ਨਨਕਾਣਾ ਸਾਹਿਬ ਜਾ ਕੇ ਆਏ। ਇੱਥੇ ਜਦੋਂ ਪਹੁੰਚੇ ਆ ਤਾਂ ਜਿਹੜੀ ਤਸਵੀਰ ਆ ਮੀਡੀਆ ਤੋਂ ਦੂਜੇ ਪਾਸੇ ਦੀ ਦਿਖਦੀ ਹੈ, ਕਿਉਂਕਿ ਆਪਾਂ ਵੀ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਲਗਾਤਾਰ ਉਸ ਨੂੰ ਕਵਰ ਕਰਦੇ ਰਹਿੰਦੇ ਹਾਂ ਫੁੱਲ ਟਾਈਮ ਮੀਡੀਆ ਦੇ ਨਾਲ ਜੁੜੇ ਹੋਣ ਕਰਕੇ ਆਪਾਂ ਦੋਨੇ ਪਾਸੇ ਦਾ ਜਿਹੜਾ ਤਬਸਰਾ ਕਰੀਦਾ ਰੋਲ ਦੇ ਰੂਪ ਦੇ ਵਿੱਚ ਲਗਾਤਾਰ ਜਿਹੜੀ ਕੁੜੱਤਣ ਆ ਮੀਡੀਆ ਦੇ ਦੌਰਾਨ ਲੋਕਾਂ ਦੇ ਦਿਮਾਗ ਦੇ ਵਿੱਚ ਭਰੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਇੱਦਾਂ ਹੋਊਗਾ, ਇੱਦਾਂ ਹੋਊਗਾ। ਜਦੋਂ ਵਾਹਗਾ ਬਾਰਡਰ ਟੱਪ ਕੇ ਮੱਲੀ ਸਾਹਿਬ ਨੇ ਜੱਫੀ ਪਾਈ ਤਾਂ ਉਸ ਤੋਂ ਪਤਾ ਲੱਗਿਆ ਕਿ ਪਾਕਿਸਤਾਨ ਕਿੱਦਾਂ ਦਾ। ਬਾਜ਼ਾਰ ਦੇ ਵਿੱਚ ਜਾਂਦੇ ਹਾਂ ਅਸੀਂ ਗੱਡੀ ਲੈ ਕੇ, ਹਜੇ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ ਤਾਂ ਇੱਕ ਲੇਡੀ ਆਈ ਕਿ ਮੇਰੇ ਬੱਚੇ ਨੇ ਤੁਹਾਡੇ ਨਾਲ ਸੈਲਫੀ ਲੈਣੀ। ਮੈਂ ਕਿਹਾ ਇਹ ਅਸਲ ਜਿਹੜਾ ਪਾਕਿਸਤਾਨ ਆ, ਹੁਣ ਪਤਾ ਲੱਗਿਆ ਕਿ ਆਹ ਪਾਕਿਸਤਾਨ ਆ। ਅਤੇ ਜਿਹੜੀ ਮੀਡੀਆ ਦੇ ਵਿੱਚ ਜਿਹੜੀ ਮੀਡੀਆ ਦੇ ਵਿੱਚ ਚਰਚਾ ਆ ਉਹ ਇੱਕ ਪ੍ਰੋਪੇਗੰਡਾ ਸਰਕਾਰਾਂ ਦਾ ਆ ਕਿ ਸਿੱਖ ਆਪਣੇ ਧਾਰਮਿਕ ਸਥਾਨਾਂ ਦੇ ਨਾਲ, ਆਪਣੇ ਧਾਰਮਿਕ ਉਹਨਾਂ ਰੀਤੀ ਰਿਵਾਜ਼ਾਂ ਦੇ ਨਾਲ, ਉਹਨਾਂ ਭਰਾਵਾਂ ਦੇ ਨਾਲ ਨਾ ਜੁੜ ਸਕਣ, ਅਤੇ ਉਹਨਾਂ ਦੇ ਦਿਮਾਗ ਵਿੱਚ ਇੱਕ ਡਰ ਜਿਹੜਾ ਆ ਉਹ ਉਠਾ ਦਿੱਤਾ ਗਿਆ, ਕਿਉਂਕਿ ਜਦੋਂ 10 ਵਾਰੀ ਝੂਠ ਬੋਲੀ ਤਾਂ 11ਵੀਂ ਵਾਰੀ ਉਹ ਸੱਚ ਜਾਣਦਾ। ਤਾਂ ਉਹੀ ਜਿਹੜੀ ਘਟਨਾ ਪੰਜਾਬ ਦੇ ਵਿੱਚ ਹਰ ਵਾਰ ਨੌਜਵਾਨਾਂ ਨੂੰ ਸਤਾਉਂਦੀ ਆ। ਕਰਤਾਰਪੁਰ ਕੋਰੀਡੋਰ ਖੁੱਲ੍ਹਿਆ, ਖੁੱਲ੍ਹਣ ਦੇ ਨਾਲ ਜਦੋਂ ਇਮਰਾਨ ਖਾਨ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਪਾਸਪੋਰਟ ਦੀ ਕੋਈ ਜ਼ਰੂਰਤ ਨਹੀਂ, ਪਰ ਇੰਡੀਆ ਵਾਲਿਆਂ ਨੇ ਜਿਹੜਾ ਆ ਉਹ ਕਿਹਾ ਕਿ ਸਾਨੂੰ ਪਾਸਪੋਰਟ ਜ਼ਰੂਰੀ ਆ। ਉਹ ਵੀ ਇਸੇ ਕੜੀ ਦੇ ਨਾਲ ਮੈਂ ਦੇਖਦਾ ਹਾਂ ਤਾਂ ਕਿ ਜਦੋਂ ਪਾਸਪੋਰਟ ਦੀ ਜਿਹੜੀ ਵਿੱਚ ਇੱਕ ਕੁੰਡੀ ਰੱਖ ਦਿੱਤੀ ਤਾਂ ਜਿਹੜਾ ਉਹ ਡਰ ਪਹਿਲਾਂ ਫੈਲਾਇਆ ਹੋਇਆ ਉਹ ਮੌਜੂਦ ਆ ਹੁਣ ਵੀ, ਕਿਉਂਕਿ ਜਦੋਂ ਇਹਨਾਂ ਨੇ ਚੱਕਿਆ ਸੀਗਾ ਤਾਂ ਲੋਕਾਂ ਨੇ ਬਿਨਾਂ ਪਾਸਪੋਰਟ ਦੇ ਡਰ ਤੋਂ ਬਹੁਤ ਲੋਕਾਂ ਨੇ ਆਉਣਾ ਸੀਗਾ, ਪਰ ਜਿਹੜੀ ਕੁੰਡੀ ਦੁਬਾਰਾ ਫੇਰ ਉੱਥੇ ਰੱਖ ਲਈ ਆ ਤਾਂ ਉਹ ਡਰ ਜਿਹੜਾ ਹਾਲ ਦੀ ਘੜੀ ਉੱਥੇ ਹੀ ਮੌਜੂਦ ਹੈਗਾ। ਇਸ ਦੇ ਉੱਤੇ ਆਪਾਂ ਨੂੰ ਵਿਚਾਰ ਕਰਨੀ ਪਊਗੀ ਕਿ ਆਪਾਂ ਕਿੱਦਾਂ ਉਹ ਜਿਹੜੀ ਸ਼ਰਤ ਆ ਉਹਨੂੰ ਹਟਵਾ ਸਕੀਏ। ਇਹਦੇ ਨਾਲ ਇੱਥੇ ਜਿਹੜਾ ਪਿਆਰ ਸਤਿਕਾਰ ਮਿਲਿਆ ਉਹਦੇ ਲਈ ਧੰਨਵਾਦੀ ਹਾਂ। ਇੱਕ ਚੀਜ਼ ਮੈਂ ਹੋਰ ਇਸ ਦੇ ਵਿੱਚ ਐਡ ਕਰਨੀ ਚਾਹੂੰਗਾ, ਕਿਉਂਕਿ ਮੈਂ ਬੜੀ ਜ਼ਿਆਦਾ ਉਹ ਤਾਂ ਨਹੀਂ ਕਰਦਾ ਕਿ ਬਦਵਾਨੀ ਰੂਪ ਦੇ ਵਿੱਚ ਮੈਂ ਬੋਲ ਸਕਾਂ, ਪਰ ਇੱਕ ਜਿਹੜੀ ਧਰਮ ਦੀ ਰਾਜਨੀਤੀ ਅਤੇ ਇੱਕ ਜਿਹੜੀ ਇਹਨਾਂ ਦੀ ਪੁਰਾਣੀ ਰਾਜਨੀਤੀ ਸੀ ਉਸ ਨੂੰ ਜੋੜ ਕੇ ਜਿਹੜਾ ਆ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਆ ਕਿ ਜਿਹੜੇ ਪੁਰਾਣੇ ਮੁਗਲ ਸੀ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਜ਼ੁਲਮ ਕੀਤੇ, ਅਤੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਮੁਸਲਮਾਨਾਂ ਨੂੰ ਸਿੱਖਾਂ ਦਾ ਦੁਸ਼ਮਣ ਜਿਹੜਾ ਪੇਸ਼ ਕੀਤਾ ਜਾਂਦਾ। ਇਸ ਸੰਬੰਧ ਦੇ ਵਿੱਚ ਇੱਕ ਕਿਤਾਬ ਸੁਖਮਿੰਦਰ ਸਿੰਘ ਗੱਜਣਵਾਲਾ ਉਹਨਾਂ ਨੇ ਵੀ ਲਿਖੀ ਆ, ਉਹਦੇ ਵਿੱਚ ਸਿੱਖ ਗੁਰੂ ਸਾਹਿਬਾਂ ਦੇ ਜਿਹੜੇ ਮੁਸਲਮਾਨ ਮੁਰੀਦ ਸੀ ਉਹਨਾਂ ਦਾ ਵੇਰਵਾ ਅਤੇ ਨਾਲ ਨਾਲ ਜਿਹੜੀ ਮੁਸਲਮਾਨਾਂ ਦੀ ਰਾਜਨੀਤੀ ਅਤੇ ਮੁਸਲਿਮ ਧਰਮ ਦਾ ਜਿਹੜਾ ਬਖੇੜਾ ਆ ਉਹ ਕਰਕੇ ਦਿਖਾਇਆ ਕਿ ਮੁਸਲਿਮ ਜਿਹੜੀ ਰਾਜਨੀਤੀ ਉਦੋਂ ਦੀ ਸੀ ਉਹਨੂੰ ਅਲੱਗ ਕਰਕੇ ਅਤੇ ਧਰਮ ਨੂੰ ਅਲੱਗ ਕਰਕੇ ਦੇਖਿਆ ਜਾਵੇ। ਜਿਹੜਾ ਧਰਮ ਦਾ ਜਿਹੜਾ ਸੰਬੰਧ ਸਿੱਖ ਧਰਮ ਦੇ ਨਾਲ ਉਹ ਬਹੁਤ ਗੂੜਾ ਆ, ਅਤੇ ਉਹ ਇੱਥੇ ਆ ਕੇ ਸਾਨੂੰ ਆਪ ਪਤਾ ਲੱਗ ਗਿਆ ਕਿੰਨਾ ਪਿਆਰ ਜਿਹੜੇ ਮੁਸਲਮਾਨ ਭਰਾ ਹੈਗੇ ਨੇ ਸਾਡੇ ਨਾਲ ਕਰਦੇ ਨੇ, ਕਿੱਥੋਂ ਤੱਕ ਸਾਨੂੰ ਲੈ ਕੇ ਆ ਰਹੇ ਨੇ। ਸਾਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ, ਕੋਈ ਕਿਸੇ ਦਾ ਕੁਛ ਨਹੀਂ ਸੀ। ਅਸੀਂ ਜਦੋਂ ਵਿਆਹ 'ਤੇ ਇੱਕ ਮੱਲੀ ਸਾਹਿਬ ਮੈਨੂੰ ਲੈ ਕੇ ਗਏ ਤਾਂ ਉੱਥੇ ਪਤਾ ਲੱਗਿਆ ਕਿ ਕਿੰਨਾ ਸਤਿਕਾਰ ਜਿਹੜਾ ਆ
ਉਹ ਪੱਕਦਾ ਆ। ਉਹ ਮੇਰਾ 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 ਸਤਿਕਾਰ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਦੀ ਪੱਗ ਜਿਹੜੀ ਬੰਨੀ ਹੋਈ ਸੀ ਉਸਦਾ ਸਤਿਕਾਰ। ਇੱਥੇ ਪਤਾ ਲੱਗਿਆ ਆ ਕੇ ਕਿ ਇਹਦਾ ਮੁੱਲ ਕੀ ਆ। ਗੁਰੂਆਂ ਨੇ ਸਾਡਿਆਂ ਨੇ ਜਿਹੜੀ ਕੁਰਬਾਨੀ ਦਿੱਤੀ ਸੀ ਉਹ ਆਹ ਜਿਹੜਾ ਸਾਨੂੰ ਅੱਜ ਪਿਆਰ ਮਿਲ ਰਿਹਾ ਆ ਉਹ ਸੱਚੀ ਸ਼ਰਧਾਂਜਲੀ ਜਿਹੜੀ ਆ ਇੱਥੇ ਅਸੀਂ ਆਪਣੇ ਗੁਰੂ ਨੂੰ ਭੇਟ ਕਰਦੇ। ਜਦੋਂ ਅਸੀਂ ਆਪਣੇ ਗੁਰੂ ਦੇ ਆਸੇ ਉੱਤੇ ਚੱਲ ਕੇ ਆਪਣੀ ਸਿੱਖੀ ਕਾਇਮ ਰੱਖ ਕੇ ਸਿੱਖੀ ਅਸੂਲਾਂ ਨਾਲ ਜਿਹੜੀ ਕਾਇਮ ਰੱਖ ਕੇ ਅੱਗੇ ਤੁਰਦੇ ਹਾਂ। ਇਹਦੇ ਨਾਲ ਹੀ ਮੈਂ ਜਿਹੜੇ ਪਲਾਟ ਦੀ ਪੂਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇੱਥੇ ਬੋਲਣ ਦਾ ਮੌਕਾ ਦਿੱਤਾ ਸਾਰਿਆਂ ਦਾ ਧੰਨਵਾਦ। ਸਾਨੂੰ ਇੰਨੀ ਇੱਜ਼ਤ ਦਿੱਤੀ, ਇੰਨਾ ਮਾਣ ਦਿੱਤਾ ਸਾਡੇ ਰਹਿਣ ਵਾਸਤੇ, ਸਾਡੇ ਖਾਣ ਪੀਣ ਵਾਸਤੇ। ਮੱਲੀ ਦਾ ਲਗਾਤਾਰ ਮੇਰੇ ਨਾਲ ਨੇ ਉਦੋਂ ਦੇ, ਤੇ ਬਹੁਤ ਬਹੁਤ ਧੰਨਵਾਦ। ਜਿਹੜਾ ਇੱਥੋਂ ਦਾ ਸਟਾਫ ਹੈ ਉਹਦਾ ਵੀ ਧੰਨਵਾਦ। ਈਡੀ ਜਿਹੜੀ ਕਾਨਫਰੰਸ ਹੈ ਉਹ ਅਟੈਂਡ ਕਰਨ ਵਾਸਤੇ ਸਾਨੂੰ ਸੱਦਾ ਦਿੱਤਾ। ਮੈਂ ਪਹਿਲੀ ਵਾਰੀ ਕਿਸੇ ਕਾਨਫਰੰਸ ਦੇ ਵਿੱਚ ਬਾਹਰ ਆ ਕੇ ਬੋਲ ਰਿਹਾ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।